ਆਲਟੋ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ। ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਮਕੌੜਾ ਪੱਤਣ ਦੇ ਪੁੱਲ ਦਾ ਕੰਮ ਹੋਏਗਾ ਸ਼ੁਰੂ। ਪਿਛਲੇ 70 ਸਾਲਾਂ ਤੋਂ ਇਹਨਾਂ 7 ਪਿੰਡਾਂ ਦੀ ਕੀਤੀ ਮੰਗ ਹੋਏਗੀ ਪੂਰੀ। ਡਿਪਟੀ ਕਮਿਸ਼ਨਰ ਮੁਹੰਮਦ ਇਸਫਾਕ ਅਤੇ ਦੀਨਾਨਗਰ ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਨੇ ਇਹਨਾਂ 7 ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਕਰਕੇ ਬਣਨ ਜਾ ਰਹੇ ਪੁੱਲ ਦੀ ਅਲਾਈਨਮੈਂਟ ਦਾ ਕੰਮ ਕੀਤਾ ਸ਼ੁਰੂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਇਹਨਾਂ 7 ਪਿੰਡਾਂ ਨੂੰ ਜੋੜਨ ਵਾਲੇ ਇਸ ਪੁੱਲ ਦੀ ਕੀਮਤ ਲਗਭਗ 100 ਕਰੋੜ ਦੇ ਕਰੀਬ ਆਵੇਗੀ ਤੇ ਉਹਨਾਂ ਨੇ ਕਿਹਾ ਪੁੱਲ ਦੇ ਨਿਰਮਾਣ ਕਾਰਜ ਨੂੰ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਆਓ ਦੇਖਦੇ ਹਾਂ ਇੱਕ ਰਿਪੋਰਟ। ਐਸਸੀ ਸਾਹਿਬ ਸਾਡੇ ਕੋਲ ਆਈ ਸੀਗੇ ਪੀਡਬਲਿਊਡੀ ਬੀਐਨਡਆਰ ਦੇ, ਇੱਥੇ 100 ਕਰੋੜ ਦੀ ਲਾਗਤ ਨਾਲ ਸੈਂਟਰ ਰੋਡ ਸੈਕਟਰ ਦੇ ਵਿੱਚ ਮਕੌੜਾ ਪੱਤਣ ਦਾ ਪੁੱਲ ਪਾਸ ਹੋ ਗਿਆ। ਮਕੌੜਾ ਪੱਤਣ ਦਾ ਜਿਹੜਾ ਪੁੱਲ ਹੈ ਪਾਸ ਹੋ ਗਿਆ ਹੈ। ਇਸ ਪੁੱਲ ਦੇ ਉਸਾਰੀ ਦਾ ਕੰਮ ਐਸ ਸੀ ਸਾਹਿਬ ਦੱਸਿਆ ਹੈ ਕਿ ਟੈਂਡਰ ਦਾ ਜਿਹੜੀ ਕਾਰਵਾਈ ਹੈ 31 ਜੁਲਾਈ ਤੱਕ ਪੂਰੀ ਕੀਤੀ ਜਾਵੇਗੀ। ਅੱਜ ਮੀਟਿੰਗ ਕਰਨ ਦਾ ਮੇਰੇ ਮੰਤਵ ਇਹ ਸੀਗਾ ਕਿ ਜਿੱਥੇ ਪੁੱਲ ਬਣਨਾ ਜਗ੍ਹਾ ਦੀ ਸ਼ਨਾਖਤ ਹੋ ਸਕੇ, ਜੋ ਟੈਕਨੀਕਲ ਵਿਭਾਗ ਦੁਆਰਾ ਟੈਕਨੀਕਲੀ ਜਗ੍ਹਾ ਵਾਇਬਲ ਹੈ ਉਹ ਜਗ੍ਹਾ ਸਿਲੈਕਟ ਕੀਤੀ ਗਈ ਹੈ। ਉਸ ਜਗ੍ਹਾ ਦੇ ਉੱਪਰ ਜਿਹੜੀ ਜ਼ਮੀਨ ਵਗੈਰਾ ਆਉਣੀ ਹੈ, ਸਾਡੇ ਤਹਿਸੀਲਦਾਰ ਸਾਹਿਬ ਵੀ ਇੱਥੇ ਆ ਗਏ ਨੇ, ਉਹ ਸਾਰੇ ਖਸਰੇ ਵਗੈਰਾ ਨੰਬਰ ਲੱਭ ਗਏ ਤਾਂ ਕਿ ਛੇਤੀ ਛੇਤੀ ਜਗ੍ਹਾ ਮਿਲ ਸਕੇ। ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਵੀ 31 ਜੁਲਾਈ ਤੱਕ ਕੰਮ ਅਲਾਟ ਕਰਕੇ ਅਤੇ ਅਗਸਤ ਜਾਂ ਜੁਲਾਈ ਦੇ ਸਪਤੰਬਰ ਦੇ ਮਹੀਨੇ 'ਚ ਡਿਜ਼ਾਈਨ ਹੋਣ ਤੋਂ ਬਾਅਦ ਜਦੋਂ ਵੀ ਕੰਮ ਸ਼ੁਰੂ ਹੁੰਦਾ, ਕਿਉਂਕਿ ਵੱਡਾ ਪ੍ਰੋਜੈਕਟ ਹੈ, ਪਹਿਲਾਂ ਡਿਜ਼ਾਈਨ ਹੋਏਗਾ, ਡਿਜ਼ਾਈਨ ਤੋਂ ਬਾਅਦ ਫਿਰ ਕੰਮ ਸ਼ੁਰੂ ਹੋਏਗਾ। ਸੋ ਸਾਡੀ ਕੋਸ਼ਿਸ਼ ਹੈ ਵੀ ਜੁਲਾਈ 'ਚ ਡਿਜ਼ਾਈਨ ਦਾ ਕੰਮ ਸ਼ੁਰੂ ਕਰਾਤਾ ਜਾਵੇ ਔਰ ਜਿਹੜਾ ਪੁੱਲ ਹੈ ਸਮੇਂ ਸਿਰ ਪੂਰਾ ਹੋ ਸਕੇ। ਇਹਦੇ ਨਾਲ ਇੱਥੇ ਲੋਕਾਂ ਦੀਆਂ ਕੁਝ ਮੁਸ਼ਕਿਲਾਂ ਵੀ ਸੀਗੀਆਂ, ਕੁਝ ਕੋਈ ਮਾਈਨਿੰਗ ਵਿਭਾਗ ਨਾਲ ਸੀਗੀਆਂ, ਕੁਝ ਸਿੱਖਿਆ ਵਿਭਾਗ ਨਾਲ ਨੇ, ਕੁਝ ਪੀਡਬਲਿਊਡੀ ਬੀਐਨਡਆਰ ਨਾਲ ਨੇ, ਕੁਝ ਮੰਡੀ ਬੋਰਡ ਦੀਆਂ ਨੇ, ਕੁਝ ਪੰਚਾਇਤੀ ਰਾਜ ਵਿਭਾਗ ਦੀਆਂ ਸੀ, ਉਹ ਵੀ ਸਾਨੂੰ ਸੁਣੀਆਂ ਨੇ, ਉਹ ਵੀ ਨੋਟ ਕਰ ਲਈਆਂ ਨੇ ਅਤੇ ਉਹਦਾ ਵੀ ਅਸੀਂ ਹੱਲ ਕਰਾਂਗੇ। ਇਹਦੇ ਨਾਲ ਨਾਲ ਮੈਂ ਇੱਕ ਸਾਰੇ ਬੰਦਿਆਂ ਨੂੰ ਪਬਲਿਕ ਦੇ ਨੁਮਾਇੰਦਿਆਂ ਨੂੰ ਰਿਕੁਐਸਟ ਕੀਤੀ ਹੈ ਕਿ ਅਸੀਂ 24 ਘੰਟੇ ਨੰਬਰ ਜਾਰੀ ਕੀਤਾ ਜਿਹਦੇ ਵਟਸਐਪ 'ਤੇ ਲੋਕ ਆਪਣੀ ਸ਼ਿਕਾਇਤ ਭੇਜ ਸਕਦੇ ਨੇ ਲਿਖ ਕੇ। ਉਹਨਾਂ ਨੂੰ 1 ਘੰਟੇ ਦੇ ਵਿੱਚ ਉਹਦਾ ਜਵਾਬ ਆ ਜਾਂਦਾ ਕਿ ਤੁਹਾਡੀ ਸ਼ਿਕਾਇਤ ਫਲਾਂ ਅਫਸਰ ਨੂੰ ਭੇਜੀ ਗਈ ਹੈ ਔਰ ਇੱਕ ਰੈਫਰੈਂਸ ਨੰਬਰ ਵੀ ਆ ਜਾਂਦਾ। ਤਾਂ ਮੈਂ ਉਹ ਵੀ ਅਪੀਲ ਕਰਦਾ ਕਿ ਆਪਾਂ ਉਹਦਾ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਬਹੁਤ ਵੱਡਾ ਇਹ ਦਲੇਰਾਨਾ ਔਰ ਸਭ ਤੋਂ ਵੱਡਾ ਫੈਸਲਾ ਇਹ ਪੰਜਾਬ ਦੇ ਵਿੱਚ ਕਿ ਦੀਨਾਨਗਰ ਹਲਕੇ ਦੇ ਵਿੱਚ ਜੋ 70 ਸਾਲ ਤੋਂ ਲੋਕਾਂ ਦੀ ਮੰਗ ਸੀ, ਜਦੋਂ ਕਿਤੇ ਬਰਸਾਤ ਹੁੰਦੀ ਸੀ ਅਤੇ ਪਾਕਿਸਤਾਨਾਂ ਨੂੰ ਜਾ ਕੇ ਰਲਦਾ ਸੀ, ਸੋ ਲੋਕਾਂ ਦੀ ਇਹ ਮੰਗ ਸੀ ਕਿ ਜਲਦੀ ਤੋਂ ਜਲਦੀ ਪੁੱਲ ਬਣਾਇਆ ਜਾਵੇ। ਸੋ ਸਭ ਤੋਂ ਵੱਡਾ ਇਹ ਸਟੈਪ ਹੈ ਸਾਡੇ ਮੁੱਖ ਮੰਤਰੀ ਜੀ ਦਾ ਕਿ ਦੀਨਾਨਗਰ ਨੂੰ ਪੁੱਲ ਦਾ ਜਿਹੜਾ ਉਹ ਸੈਂਕਸ਼ਨ ਦਿੱਤੀ ਉਹਨਾਂ ਨੇ। ਸੋ ਅੱਜ ਦਾ ਦਿਨ ਜਿਹੜਾ ਹੈ ਇਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਸਾਰੇ ਇੱਥੇ ਟੈਕਨੀਕਲ ਡਿਪਾਰਟਮੈਂਟ PWD ਮਹਿਕਮਾ ਸਾਰਾ ਇੱਥੇ ਇਕੱਠਾ ਹੋਇਆ, ਸਾਡੇ ਸਤਿਕਾਰਯੋਗ ਡੀ ਸਾਹਿਬ ਦੀ ਪ੍ਰਧਾਨਗੀ ਹੇਠ ਇੱਥੇ ਮੀਟਿੰਗ ਹੋਈ ਹੈ ਔਰ ਅੱਜ ਤੋਂ ਸਮਝ ਲਓ ਕਿ ਇੱਕ ਪੁੱਲ ਦਾ ਕੰਮ ਜਿਹੜਾ ਉਹ ਸ਼ੁਰੂਆਤ ਹੋ ਗਈ ਹੈ। ਕਿ ਅੱਜ ਇੱਕ ਤਾਂ ਮੌਕੇ ਦੇ ਜੋ ਅਲਾਈਨਮੈਂਟ ਦੇ ਹੋਣੀ ਸੀ ਉਹ ਡਿਸਕਸ ਕੀਤੀ ਗਈ ਹੈ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਕਾਇਦਾ ਜੋ ਡਿਜ਼ਾਇਨਿੰਗ ਹੈ ਉਹ ਕੀਤੀ ਗਈ ਹੈ। ਸੋ ਇਹ ਡਿਜ਼ਾਇਨਿੰਗ ਦੀ ਅਪਰੂਵਲ ਮੌਕੇ 'ਤੇ ਪੂਰੀ ਲੋਕਾਂ ਦੇ ਪਬਲਿਕ ਦੇ ਵਿੱਚ ਦੱਸੀ ਗਈ ਹੈ ਔਰ ਇਸ ਡਿਜ਼ਾਇਨਿੰਗ ਨੂੰ ਜਿਹੜਾ ਰੂਪ ਦੇਣਾ ਹੈ ਉਹ ਅੱਜ ਤੋਂ ਦੇਣਾ ਸ਼ੁਰੂ ਕਰਤਾ ਗਿਆ ਔਰ ਤਹਿਸੀਲਦਾਰ ਨੂੰ ਵੀ ਹਦਾਇਤਾਂ ਦੇ ਦਿੱਤੀਆਂ ਗਈਆਂ ਡੀ ਸਾਹਿਬ ਦੁਆਰਾ ਕਿ ਜਿਹੜੀ ਇਨਕਰੋਸਮੈਂਟ ਕਰਨੀ ਹੈ ਜ਼ਮੀਨ ਦੀ ਉਹ ਜਲਦੀ ਤੋਂ ਜਲਦੀ ਜਿਹੜੀ ਆ ਉਹ ਕਰਤੀ ਜਾਵੇ। ਤੋ ਸਮਝ ਲਓ ਕਿ ਅਸੀਂ ਇਹ ਦੀਨਾਨਗਰ ਵਾਲੇ ਲੋਕਾਂ ਲਈ ਇਹ ਬਹੁਤ ਵੱਡਾ ਇੱਕ ਗਿਫਟ ਹੈ, ਤੋਹਫਾ ਹੈ ਜਿਹੜਾ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਝਪਕੇ ਮਰਾੜੇ ਦੇ ਲੋਕ ਔਰ ਪਾਰ ਦੇ ਲੋਕ ਵੀ, ਤੂਰ ਚੇਬੇ ਦੇ ਲੋਕ ਵੀ। ਸੋ ਸਾਨੂੰ ਬੜਾ ਦੁੱਖ ਲੱਗਦਾ ਸੀ ਕਿ ਜਦੋਂ ਇਲੈਕਸ਼ਨ ਦੇ ਵਿੱਚ ਜਦੋਂ ਇਹਨਾਂ
ਪਾਰ ਦੇ ਲੋਕਾਂ ਨੇ ਬਾਈਕਾਟ ਕੀਤਾ ਕਿ ਸਾਡਾ ਕੋਈ ਮੰਗ ਨਹੀਂ ਮੰਗੀ ਜਾ ਰਹੀ। ਸੋ ਉਸ ਵੇਲੇ ਵੀ ਮੇਰਾ ਇਹ ਲੋਕਾਂ ਨਾਲ ਵਾਅਦਾ ਸੀ ਕਿ ਸਭ ਤੋਂ ਪਹਿਲਾਂ ਤੁਹਾਡਾ ਆਮ ਆਦਮੀ ਪਾਰਟੀ ਜਿਹੜਾ ਪੁਲ ਦਾ ਮੁੱਦਾ ਜਿਹੜਾ ਉਹ ਹੱਲ ਕਰੇਗੀ। ਉਹ ਅੱਜ ਸਪਨਾ ਜਿਹੜਾ ਉਹ ਸਾਕਾਰ ਹੁੰਦਾ ਜਾ ਰਿਹਾ ਔਰ ਬਹੁਤ ਜਲਦੀ, ਸਭ ਤੋਂ ਪਹਿਲਾਂ ਹੀ ਦਿਨਾਂ ਦਾ ਵੱਡਾ ਮੁੱਦਾ ਜਿਹੜਾ ਇਹ ਪੁਲ ਦਾ ਜਿਹੜਾ ਉਹ ਸ਼ੁਰੂਆਤ ਹੋਈ ਹੈ। ਸੋ ਸਰਕਾਰ, ਸਾਡੀ ਸਰਕਾਰ ਲੋਕਾਂ ਦੇ ਨਾਲ ਵਚਨਬੱਧ ਹੈ ਕਿ ਜਿਹੜੀਆਂ ਲੋਕਾਂ ਦੀਆਂ ਮੇਨ ਮੁਸ਼ਕਲਾਂ ਉਹ ਪਹਿਲ ਦੇ ਆਧਾਰ 'ਤੇ ਜਿਹੜੀਆਂ ਉਹ ਹੱਲ ਕੀਤੀਆਂ ਜਾਣਗੀਆਂ। ਅਤੇ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਵੱਡੀ ਮੁਸ਼ਕਲ ਸੀ ਇਹਦਾ ਜਿਹੜਾ ਹੱਲ ਦਾ ਜਿਹੜੀ ਸ਼ੁਰੂਆਤ ਆ ਉਹ ਅੱਜ ਸ਼ੁਰੂ ਹੋ ਚੁੱਕੀ ਹੈ। ਅੱਜ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਦੀਨਾਨਗਰ ਹਲਕੇ ਦੀ ਉਹ ਮੰਗ ਸੀ ਜੋ 70 ਸਾਲ ਤੋਂ ਕਿਸੇ ਵੀ ਸਰਕਾਰ ਨੇ ਪੂਰੀ ਨਹੀਂ ਕੀਤੀ, ਪਰ ਸਰਕਾਰ ਬਣਨ ਤੋਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਇਹ ਜਿਹੜਾ ਪੁਲ ਹੈ, ਮਕੌੜਾ ਪੱਤਣ ਵਾਲਾ ਪੁਲ ਹੈ, ਇਸ ਸਰਦਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਹੇਠ ਇਹ ਪਾਸ ਹੋ ਗਿਆ। ਤੋ ਅੱਜ ਦਾ ਦਿਨ ਸੀ ਜਿਹੜਾ, ਅੱਜ ਇੱਥੇ ਸਾਰੇ ਅਫਸਰ ਸਾਹਿਬਾਨ ਇੱਥੇ ਇਕੱਠੇ ਹੋਏ ਨੇ ਔਰ ਮੁੱਖ ਤੌਰ 'ਤੇ PWD ਡਿਪਾਰਟਮੈਂਟ ਨੇ ਇਹ ਜਿਹੜੀ ਰੋਡ ਪੁਲ ਹੈ ਇਹ ਬਣਾਉਣਾ ਹੈ। ਸੋ ਅੱਜ ਬਕਾਇਦਾ ਡਿਜ਼ਾਈਨ ਕੀਤੇ ਗਏ ਨੇ, ਪੁਲ 3 ਡਿਜ਼ਾਈਨ ਕੀਤੇ ਗਏ ਸਨ ਔਰ 3 ਡਿਜ਼ਾਈਨ ਪਬਲਿਕ ਦੇ ਵਿੱਚ ਡਿਸਪਲੇ ਕੀਤੇ ਗਏ ਨੇ। ਇੱਕ ਡਿਜ਼ਾਈਨ ਨੂੰ ਜਿਹੜਾ ਹੈ ਉਹ ਰਜਾਮੰਦੀ ਦੇ ਨਾਲ ਅਪਰੂਵ ਕੀਤਾ ਗਿਆ ਹੈ, ਜਿਹੜਾ ਸੇਫ, ਬਿਲਕੁਲ ਸੇਫ ਹੈ ਔਰ ਬਿਲਕੁਲ ਸਹੀ ਲੋਕਾਂ ਦੇ ਵਾਸਤੇ ਰਹੇਗਾ। ਸੋ ਇਹ ਪੁਲ ਦੀ ਟੈਂਡਰ ਵੀ 31 ਜੁਲਾਈ ਤੱਕ ਜਿਹੜਾ ਵਿਭਾਗ ਦੇ ਅਨੁਸਾਰ ਹੋ ਜਾਣਾ ਔਰ ਸ਼ੁਰੂਆਤ ਜਿਹੜੀ ਹੈ ਜਲਦੀ ਤੋਂ ਜਲਦੀ ਹੋਣ ਜਾ ਰਹੀ ਹੈ। ਸੋ ਲੋਕਾਂ ਦੀ ਇੰਨੀ ਦੇਰ ਤੋਂ ਮੰਗ ਸੀ ਕਿ ਇਹ, ਕਿਉਂਕਿ ਕੋਈ ਵੀ ਕੰਮ ਜਿਹੜਾ ਉਸ ਇਲਾਕੇ ਦਾ ਬਿਨਾਂ ਰੋਡ ਤੋਂ ਅਧੂਰਾ ਸੀ। ਸੋ ਜਦੋਂ ਇਹ, ਕਿਉਂਕਿ ਸ਼ੁਰੂਆਤ ਹੋ ਚੁੱਕੀ ਹੈ ਔਰ ਜਲਦੀ ਤੋਂ ਜਲਦੀ ਇਹ ਕੰਮ ਵੀ ਸ਼ੁਰੂਆਤ ਹੋ ਜਾਣਾ ਵਾ, ਆਪਣੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਲੋਕਾਂ ਨਾਲ ਵਚਨਬੱਧ ਹੈ ਕਿ ਜਿਹੜੇ ਵੀ ਮੇਨ ਮੁੱਦੇ ਨੇ, ਮੁੱਖ ਮੁਸ਼ਕਲ ਹੈ ਨਾ, ਉਹ ਜਲਦੀ ਤੋਂ ਜਲਦੀ ਲੋਕਾਂ ਦੀਆਂ ਹੱਲ ਕੀਤੀਆਂ ਜਾਣ। ਸੋ ਮਹਿਕਮਾ ਵੀ ਬੜਾ ਇਮਾਨਦਾਰੀ ਦੇ ਨਾਲ ਚੱਲ ਰਿਹਾ ਔਰ ਆਪਾਂ ਆਸ ਕਰਦੇ ਹਾਂ ਕਿ ਸਾਲ ਦੇ ਵਿੱਚ ਵਿੱਚ ਜਿਹੜਾ ਪੁਲ ਹੈ ਇਹ ਬਣ ਕੇ ਤਿਆਰ ਹੋ ਕੇ ਲੋਕਾਂ ਦੇ ਸਪੁਰਦ ਕਰਤਾ ਜਾਏਗਾ।